आरी 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 विच जगरावां दे कहिंदे लगदी रोशनी भारी ते वैलियां दा कट हो गया। अर्जन वैली नाल किसी ने टाइम बन लिया जगरावां वाले मेले दे विच। लोग उत्थे पहले इकट्ठे होए सी क्योंकि सारिआं नूं पहले ही इस मुकाबले बारे पता सी वी अज कुंडियां दे सिंघ फसने आ। लो जी उधरों दूजी ते रले आ गए, उधरों अर्जन वैली सी। जगरावां वाले मेले नाल रोशनी वाले मेले नाल की संबंध है? अर्जन वैली कौन सी, उहदा पिछोकड़ की है? दोस्तों अर्जन वैली गीत का जिक्र बॉलीवुड की वड्डे बजट वाली फिल्म एनिमल दे विच कीता गया। यह पंजाबी गीत जिहड़ा कि भुपिंदर बब्बल गायक वालों गाया गया है, तो सचमुच ही एक बहुत वड्डी गल है कि एक पंजाबी गाने नूं बॉलीवुड की फिल्म अडोप्ट करे। तो अर्जन वैली इहदे विच शब्द वरत्या गया। तो अर्जन वैली दे तुसीं मतलब कि बोलियां भी सुनिया होनियां ने, मतलब कि 100 दे विचों 1% नूं पता होगा उहदे बैकग्राउंड बारे, उहदी मतलब कि हिस्टरी बारे, जां उहदा पिछोकड़ भी की सीगा, कौन सी, कित्थों, किवें। ज़्यादातर नूं तां इदां ही लगदा, 99% नूं इदां लगदा कि इह सिर्फ इक कल्ली बोली है, अर्जन वैली सिर्फ इक काल्पनिक शब्द है। तो इह काल्पनिक नहीं हैगा, जिस तरह जग्गा डाकू जट जाणा मोड़ इदां हुंदे सी, उस तरह अर्जन वैली भी सचमुच हुंदा सी। अर्जन वैली कौन सी, उहदा पिछोकड़ की है, इस वीडियो विच तुहानू अज उही दसण वाले आ। कृपा करके वीडियो नू अखीर तक देखियो। अर्जन सिंह दा जन्म अज तो करीब 147 साल पहला, मतलब 1876 दे आसपास लुधियाने जिले दे पिंड रुड़का दे विच होया। उहनां दे जमीन जायदाद खुली सी, मतलब कि घरों सरदा वरदा सी अर्जन सिंह। जदों पूरा जवान होया तां अर्जन सिंह दा कद लगभग 6.25 फुट दे करीब सी, मतलब 6.5 फुट तों थोड़ा जिहा घट, अते ओह किसे गरीब नाल धक्का हुंदिया नहीं सी देख सकदा। अते इक वार अर्जन सिंह ने गरीब नूं मतलब कि जुल्म तों बचाउण दी खातर एक थानेदार दी बांह तोड़ती सी। उस तों बाद दे विच इलाके वाले लोग उस नूं अर्जन वैली कहण लग पए। वैली शब्द दा मतलब जरूरी ए नहीं हुंदा कि जिहदे नां दे पिछे वैली लगदा है ਉਹ ਬੰਦਾ ਮਤਲਬ ਕਿ ਫੀਮ ਖਾਂਦਾ ਹੋਊਗਾ, ਦੂਜਾ ਨਸ਼ੇ ਕਰਦਾ ਹੋਊਗਾ, ਜਾਂ ਫਿਰ ਉਹ ਲਲਕਾਰੇ ਮਾਰਦਾ ਹੋਊਗਾ, ਜਾਂ ਫੁਕਰੀਆਂ ਮਾਰਦਾ ਹੋਊਗਾ। ਇਹ ਗੱਲ ਬਿਲਕੁਲ ਨਹੀਂ ਹੈਗੀ। ਉਸ ਨੇ ਕਦੇ ਕਿਸੇ ਗਰੀਬ ਨਾਲ, ਉਹਨੇ ਕਦੇ ਕਿਸੇ ਮਾੜੇ ਨਾਲ, ਕਮਜ਼ੋਰ ਨਾਲ ਧੱਕਾ ਨਹੀਂ ਸੀ ਕੀਤਾ। ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਦਾ ਬਟਵਾਰਾ ਹੋਇਆ ਤਾਂ ਉਸ ਵੇਲੇ ਵੀ ਉਸਨੇ ਲੋਕਾਂ ਦੀ ਬਹੁਤ ਮਦਦ ਕੀਤੀ। ਬਹੁਤ ਸਾਰੇ ਉਹਨੇ ਮੁਸਲਿਮ ਪਰਿਵਾਰਾਂ ਨੂੰ ਵੱਡੀ ਗਿਣਤੀ ਦੇ ਵਿੱਚ ਕਹਿ ਲਓ ਮਲੇਰਕੋਟਲੇ ਸਹੀ ਸਲਾਮਤ ਉਹਨਾਂ ਦੇ ਅਸਥਾਨਾਂ 'ਤੇ ਕਹਿ ਲਓ ਮਤਲਬ ਪਹੁੰਚਾਇਆ ਉਹਨਾਂ ਨੂੰ, ਤਾਂ ਲੋਕ ਬੜੇ ਖੁਸ਼ ਹੋਏ। ਤਾਂ ਇਹਨਾਂ ਲੋਕਾਂ ਦੇ ਵਿੱਚ ਉਸ ਦਾ ਇੱਕ ਪੱਕਾ ਦੋਸਤ ਰੱਲਾ ਤੇਲੀ ਵੀ ਮੌਜੂਦ ਸੀ। ਲੋਕ ਬਹੁਤ ਖੁਸ਼ ਹੋਏ ਕਿ ਅਰਜਨ ਵੈਲੀ ਨੇ ਸਾਡੀ ਮਤਲਬ ਕਿ ਜਾਨ ਬਚਾ ਲਈ, ਸਾਨੂੰ ਇੱਕ ਬਿਨਾਂ ਝਰੀਟ ਆਏ ਤੋਂ ਸਾਨੂੰ ਮਲੇਰਕੋਟਲੇ ਸਹੀ ਸਲਾਮਤ ਲਿਆ ਕੇ ਛੱਡਿਆ। ਤਾਂ ਉਹਨਾਂ ਨੇ ਖੁਸ਼ ਹੋ ਕੇ ਕੀ ਕੀਤਾ ਕਿ ਸਾਰਿਆਂ ਨੇ ਜਿੰਨਾ ਜਿੰਨਾ ਜਿਹਦੇ ਕੋਲ ਸੀਗਾ ਕੋਈ ਮਤਲਬ ਸੋਨਾ ਚਾਂਦੀ, ਉਹਨਾਂ ਨੇ ਉਹ ਸਾਰੇ ਇਕੱਠੇ ਕਰਕੇ ਅਰਜਨ ਵੈਲੀ ਨੂੰ ਭੇਂਟ ਕਰਨੇ ਚਾਹੇ ਖੁਸ਼ੀ ਦੇ ਨਾਲ। ਪਰ ਅਰਜਨ ਵੈਲੀ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਮਤਲਬ ਕਿ ਤੁਹਾਡੀ ਇਹ ਅਮਾਨਤ ਨਹੀਂ ਰੱਖ ਸਕਦਾ। ਪਰ ਬਾਅਦ ਦੇ ਵਿੱਚ ਮਤਲਬ ਕਿ ਜ਼ਿਆਦਾ ਜ਼ੋਰ ਪਾਉਣ ਕਰਕੇ ਅਰਜਨ ਵੈਲੀ ਨੇ ਉਹਨਾਂ ਦੁਆਰਾ ਦਿੱਤਾ ਗਿਆ ਜਿਹੜਾ ਸੋਨਾ ਚਾਂਦੀ ਸੀਗਾ, ਉਹ ਆਪਣੇ ਕੋਲ ਸਿਰਫ ਇੱਕ ਹਿਫਾਜ਼ਤ ਦੇ ਤੌਰ 'ਤੇ, ਇੱਕ ਅਮਾਨਤ ਦੇ ਤੌਰ 'ਤੇ ਉਹਨਾਂ ਦੀ ਮਤਲਬ ਇਮਾਨਤ ਸਮਝ ਕੇ ਰੱਖ ਲਿਆ, ਜਿਸ ਨੂੰ ਕਿ ਬਾਅਦ ਦੇ ਵਿੱਚ ਉਸ ਦਾ ਪੁੱਤਰ ਸਰਦਾਰ ਖਾਨ ਆ ਕੇ ਲੈ ਗਿਆ ਸੀ। ਇੱਕ ਵਾਰ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਅਰਜਨ ਸਿੰਘ ਦੇ ਕੋਲ ਆਏ ਅਤੇ ਉਸ ਨੂੰ ਦੱਸਿਆ ਕਿ ਇਦਾਂ ਕਰਕੇ ਪਿੰਡ ਦੇ ਬਾਹਰ ਵਾਲੇ ਰਾਹ 'ਤੇ ਲੁਟੇਰੇ ਬਹਿੰਦੇ ਨੇ, ਜਿਹੜੇ ਕਿ ਪਿੰਡ ਦੇ ਹੀ ਲੋਕਾਂ ਨੂੰ ਆਉਂਦੇ ਜਾਂਦੇ, ਉਹਨਾਂ ਨੂੰ ਦੂਜਾ ਕੁੱਟਦੇ ਮਾਰਦੇ ਆ, ਠੱਗ ਲੈਂਦੇ ਆ, ਦੂਜਾ ਲੁੱਟਮਾਰ ਕਰ ਲੈਂਦੇ, ਫਿਰ ਉਹਨਾਂ ਨੂੰ ਛੱਡ ਦਿੰਦੇ ਆ। ਇਹ ਗੱਲ ਸੁਣਦਾ ਹੀ ਅਰਜਨ ਵੈਲੀ ਦਾ ਚੜ੍ਹ ਗਿਆ ਮਿੱਤਰੋ ਪਾਰਾ। ਉਹ ਜਦੋਂ ਉਸ ਟਿਕਾਣੇ 'ਤੇ ਗਿਆ ਤਾਂ ਜਿਹੜੇ ਲੁਟੇਰੇ ਸੀ ਜਾਂ ਜਿਹੜੇ ਚੋਰ ਸੀਗੇ ਉਹਨਾਂ ਨੇ ਮਤਲਬ ਕਿ ਜੋ ਉਹਨਾਂ ਦਾ ਕੰਮ ਸੀਗਾ, ਉਹ ਜਦੋਂ ਅਰਜਨ ਵੈਲੀ ਦੇ ਵਾਲੇ ਪਾਸੇ ਆਏ ਤਾਂ ਫਿਰ ਅਰਜਨ ਵੈਲੀ ਨੇ ਇਹੋ ਜਿਹੀ ਡਾਂਗ ਫੇਰੀ ਉਹਨਾਂ ਦੇ, ਇਹੋ ਜਿਹੇ ਗਿੱਟੇ ਸਿੱਕੇ, ਬਈ ਦੁਬਾਰਾ ਉਹਨਾਂ ਨੇ ਕਿਸੇ ਬੰਦੇ ਦੀ ਲੁੱਟ ਨਹੀਂ ਕੀਤੀ। ਹੁਣ ਤੁਸੀਂ ਆਪੇ ਹਿਸਾਬ ਲਾ ਲਓ, ਕਿਉਂਕਿ ਕੱਦ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 6.25 ਫੁੱਟ ਦੇ ਕਰੀਬ ਸੀ, ਉੱਤੋਂ ਡਾਂਗ ਰੱਖਦਾ ਸੀ ਹੱਥ ਦੇ ਵਿੱਚ, ਉੱਤੋਂ ਗੰਡਾਸਾ ਰੱਖਣ ਦਾ ਸ਼ੌਕੀਨ ਸੀ, ਤਾਂ ਫਿਰ ਨੇੜੇ ਕੌਣ ਲੱਗੇ। ਇਸ ਤੋਂ ਬਾਅਦ ਦੇ ਵਿੱਚ ਦੋਸਤੋ ਪੰਜਾਬ ਸੂਬਾ ਮੋਰਚਾ ਵੇਲੇ ਉਹਨਾਂ ਨੇ ਦੂਜਾ ਫਿਰੋਜ਼ਪੁਰ ਦੇ ਵਿੱਚ ਜੇਲ੍ਹ ਵੀ ਕੱਟੀ, ਅਤੇ ਬਾਅਦ ਦੇ ਵਿੱਚ ਜਿਹੜੇ ਬੱਚੇ ਸ਼ਬਦ ਗਾਇਨ ਕਰਿਆ ਕਰਦੇ ਸੀ ਉਹਨਾਂ ਨੂੰ ਰਿਓੜੀਆਂ ਵੰਡਦਾ ਹੁੰਦਾ ਸੀ, ਅਤੇ ਆਪ ਖੁਦ ਵੀ ਅਰਜਨ ਸਿੰਘ ਖੰਡੇ ਬਾਟੇ ਦੀ ਪੌਲ ਛੱਕ ਕੇ ਅੰਮ੍ਰਿਤਧਾਰੀ ਹੋ ਗਿਆ ਸੀ। ਤਾਂ ਬਹੁਤ ਉਸਨੇ ਸਮਾਜ ਭਲਾਈ ਦੇ ਕੰਮ ਕੀਤੇ, ਜਿਸ ਲਈ ਬਾਅਦ ਵਿੱਚ ਉਸ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਇਹਨਾਂ ਸੇਵਾਵਾਂ ਨੂੰ ਦੇਖਦਿਆਂ ਹੋਇਆਂ। ਪਹਿਲਾਂ ਅਰਜਨ ਸਿੰਘ ਸੀ, ਬਾਅਦ ਦੇ ਵਿੱਚ ਲੋਕ ਉਸ ਨੂੰ ਅਰਜਨ ਵੈਲੀ ਕਹਿਣ ਲੱਗ ਪਏ, ਅਤੇ ਫਿਰ ਸਮਾਜ ਭਲਾਈ ਦੇ ਕੰਮਾਂ ਨੂੰ ਦੇਖਦਿਆਂ
अर्जन वैली तो फिर वह बदल के अर्जन सिंह बाबा कहन लग पे। उन्हां दा रजिंदरा हस्पताल पटियाला दे विच ऑपरेशन होना सी गदूदां दा। रजिंदरा हस्पताल पटियाला च अर्जन सिंह दा ऑपरेशन हुंदा अर्जन वैली दा गदूदां दा। ते ऑपरेशन होण तों बाद थोड़ा रैसट की जरूरत होंदी है शरीर नूं। डाक्टरां दे मतलब कि मना करन दे बावजूद भी ऑपरेशन तों बाद उह हस्पताल तों बाहर चले गए ते बैड रैसट ना कीती। तां बाहर जा रहे सी तां उत्थे जदों आवारा पशुआं दी मतलब कि भेड़ हो रहे सी, दो आवारा पशु लड़ रहे सी आपस दे विच, तां उहनां दी फेट वज्जी अर्जन सिंह नूं। उहनां दे मतलब टांके सीगे जिहड़े सजरे सजरे लगे सी, ऑपरेशन होया सी गदूदां दा जिहड़ा, तां उह टांके खुल गए, उहनां चों खून रसन लग पिया ते उह उस समय रब नूं प्यारिया हो गया। दोस्तों उस तो बाद अर्जन वैली ते बहुत सारे गीत बने, बड़े पंजाबी गीतां दे विच पंजाबी बोलां दे विच अर्जन वैली का जिक्र किया गया, पर इतिहास च अज तक कदे भी किसी बॉलीवुड हिंदी फिल्म दे विच बॉलीवुड फिल्म दे विच अर्जन वैली का नाम नहीं लिया गया। सो जिहड़े एनिमल फिल्म है जिहड़ी नवीं आ रही है, सो उहदे डायरैक्टरां दा उहदे दूजा राइटरां दा बहुत बहुत धन्नवाद जिन्हां ने कि पंजाब दा इह लुकिया होया हीरा, पंजाब दा छुपिया होया अणखी बंदा पूरी हुण दुनिया दे सामने लैके आंदा। पहलां तां अर्जन वैली नूं कल्ला पंजाब ही जानदा सी, पर हुण पूरा इंडिया जानेगा, पूरा वर्ल्ड जानेगा। इस तों इलावा जिहड़ी पुत जट्टां दी फिल्म बनी सी उहदे विच वी अर्जन वैली दा जिक्र। अर्जन वैली का जिक्र किया जाता है। सो एक तुसी बोली सुनी होनी है, आरी 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 जगरावां दे कहिंदे लगदी रोशनी भारी ते वैलियां दा कट हो गया, तो कुछ इदा करके बोली है। तो बाद विच लास्ट लाइन उहदी वी अर्जन वैली ने पब जोड़ के गंडासी मारी, कोई पैर जोड़ के कह दिंदा कोई हथ जोड़ के। तां हुण मैं तुहानूं दसदा कि अर्जन वैली दा उस मतलब कि जगरावां वाले मेले नाल रोशनी वाले मेले नाल की संबंध है। अर्जन वैली ते उहदे दो दोस्त होर सी, अर्जन वैली नाल किसी ने टाइम बन लिया जगरावां वाले मेले दे विच, रोशनी दे मेले दे विच जिहड़ा कि अज भी लगता छपार दा मेला आपां कह दिंदे आ, उत्थे टाइम बन लिया भी जिवें अजकल मतलब कह लो मुंडे बन लैंदे भी तूं फलानी थान ते आ जी फलानी थान ते आ, उवें उहने फिर ना अर्जन वैली ने सबक सिखाउण वास्ते टाइम बन लिया भी जिहड़े बाले आपदे आप नूं फन्ने खां खवाउंदे सी लोक उत्थे पहलां इकट्ठे होए सी, क्योंकि सारिआं नूं पहलां ही इस मुकाबले बारे पता सी भी अज कुंडियां दे सिंघ फसने आ। लो जी उधरों दूजी धिर वाले आ गए, उधरों अर्जन वैली सी ते दो दे नाल दोस्त, मतलब टोटल तीन जने सी इह, अते इन्हां तिन्नां जणां ने रल के फिर जिहड़े पूरे बदमाश सीगे जिहड़े कहिंदे कमाउंदे उहनां नूं अगे ला लिया। तों बाद चारे पास गल उड पई भी अर्जन वैली ने सारा पिंड अगे ला लिया, तां उहने फिर पब जोड़ के मतलब पैर जोड़ के गंडासी मारी सी, फिर बड़े उहदे ते मतलब कि बोलियां बणियां गीत बणे। तां इह सी दोस्तो अर्जन वैली। तां भुपिंदर बब्बल दा इह गाया गीत बड़ा मशहूर हो रहा है क्योंकि उसनूं बॉलीवुड दे विच जगह मिली है। वीडियो शेयर कर दिओ। मैं सुख बाठ लाहौरिया, बहुत बहुत धन्नवाद। अर्जन वैली ने, अर्जन वैली।